Hello everyone, myself Dr. Daksh Mahajan. I am the consultant urologist and kidney transplant surgeon associated with Amandipur Group of Hospitals. ਅੱਜ ਮੈਂ ਤੁਹਾਨੂੰ ਜੋ ਕਿਡਨੀ ਸਟੋਨਸ ਦੀ ਲੇਟੈਸਟ ਟੈਕਨੀਕ ਹੈ ਜਿਹਦੇ ਨਾਲ ਬਿਨਾਂ ਕਿਸੇ ਚੀਰੇ ਰਾਹੀਂ ਅਸੀਂ ਨੋਰਮਲ ਯੂਰੀਨਰੀ ਪਾਥ ਥਰੂ ਕਿਡਨੀ ਸਟੋਨਸ ਨੂੰ ਬ੍ਰੇਕ ਕਰਕੇ ਉਹਨੂੰ ਰਿਮੂਵ ਕਰਦੇ ਹਾਂ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਸਾਂਝਾ ਕਰਨਾ ਚਾਹਾਂਗਾ। ਇਸ ਟੈਕਨੀਕ ਦਾ ਨਾਮ RIRS ਹੁੰਦਾ ਹੈ, ਰੈਟ੍ਰੋਗ੍ਰੇਡ ਇੰਟਰਾਰੀਨਲ ਸਰਜਰੀ। ਇਹਦੇ ਵਿੱਚ ਅਸੀਂ ਬਿਨਾਂ ਕੋਈ ਚੀਰਾ ਲਾਏ, ਬਿਨਾਂ ਲੱਕ ਦੇ ਵਿੱਚੋਂ ਦੂਰਬੀਨ ਪਾਏ, ਅਸੀਂ ਇੱਕ ਪਤਲੀ ਜਿਹੀ ਦੂਰਬੀਨ ਨੋਰਮਲ ਯੂਰੀਨਰੀ ਪਾਥ ਤੋਂ, ਜਿਹੜਾ ਨੋਰਮਲ ਤੁਹਾਡਾ ਮੂਤਰ ਵਾਲਾ ਰਸਤਾ ਹੈ, ਉਹਦੇ ਥਰੂ ਹੀ ਵਾਪਸ ਉੱਪਰ ਕਿਡਨੀ ਤੱਕ ਚਾੜਦੇ ਹਾਂ ਅਤੇ ਐਡਵਾਂਸ ਲੇਜ਼ਰਸ ਨਾਲ ਕਿਡਨੀ ਸਟੋਨ ਨੂੰ ਉੱਥੇ ਬ੍ਰੇਕ ਕਰਕੇ ਉਹਨੂੰ ਰਿਮੂਵ ਕੀਤਾ ਜਾਂਦਾ ਹੈ। ਇਹ ਜਿਹੜੀ ਵਰਲਡ ਦੀ ਮੋਸਟ ਲੇਟੈਸਟ ਟੈਕਨੀਕ ਹੈ ਉਹ ਸਾਡੇ ਕੋਲ ਅਵੇਲੇਬਲ ਹੈਗੀ ਹੈ। ਅਸੀਂ ਇਸ ਟੈਕਨੀਕ ਨਾਲ ਲਾਸਟ 1.5 ਸਾਲ ਦੇ ਵਿੱਚ ਕਈ ਓਪਰੇਸ਼ਨ ਕਰਕੇ ਮਰੀਜ਼ਾਂ ਨੂੰ ਕਿਡਨੀ ਸਟੋਨਸ ਦੀ ਤਕਲੀਫ ਤੋਂ ਰਾਹਤ ਦਿਲਵਾਈ ਹੈ। ਮੈਂ ਬੜੇ ਪ੍ਰਾਊਡਲੀ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਟੈਕਨੀਕ ਨੌਰਥ ਇੰਡੀਆ ਦੇ ਕੁਛ ਇੱਕ ਚੁਣਿੰਦਾ ਹਸਪਤਾਲਾਂ ਦੇ ਵਿੱਚ ਹੀ ਮੌਜੂਦ ਹੈ ਅਤੇ ਸਾਡਾ ਉਹ ਹਸਪਤਾਲ ਉਹਨਾਂ ਚੁਣਿੰਦਾ ਹਸਪਤਾਲਾਂ ਦੇ ਵਿੱਚ ਆਉਂਦਾ ਹੈ। ਇੱਕ ਤੁਹਾਨੂੰ ਇਸ ਤੋਂ ਬਾਅਦ ਵੀਡੀਓ ਆਏਗੀ ਜਿਹੜੇ ਪੇਸ਼ੈਂਟ ਦੀ ਮੈਂ ਰੀਸੈਂਟਲੀ ਇਸ ਟੈਕਨੀਕ ਨਾਲ ਸਰਜਰੀ ਕੀਤੀ ਹੈ। ਮੈਂ ਥੋੜ੍ਹਾ ਜਿਹਾ ਉਸ ਕੇਸ ਬਾਰੇ ਤੁਹਾਡੇ ਨਾਲ ਇਹ ਦੱਸਣਾ ਚਾਹਾਂਗਾ ਕਿ ਉਹ ਇੱਕ ਯੰਗ 23 ਸਾਲਾਂ ਦਾ ਮੇਲ ਸੀ ਜੋ ਮੇਰੇ ਕੋਲ ਆਇਆ ਸੀ। ਉਹ 2 ਸਾਲਾਂ ਤੋਂ ਕਿਡਨੀ ਸਟੋਨਸ ਤੋਂ ਪਰੇਸ਼ਾਨ ਸੀ। ਦਿੱਕਤ ਇਹ ਸੀ ਕਿ ਉਹਦੀ ਇੱਕ ਸਿੰਗਲ ਕਿਡਨੀ ਹੀ ਸੀ ਜਨਮ ਤੋਂ, ਅਤੇ ਨਾਲ ਉਹਨੂੰ ਪਲੇਟਲੈਟ ਘੱਟ ਹੋਣ ਦੀ ਬਿਮਾਰੀ ਵੀ ਸੀ ਜਿਹਦੇ ਕਰਕੇ ਉਹਦੇ ਖੂਨ ਦੇ ਰਿਸਾਵ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਸਨ। ਇਸ ਚੀਜ਼ ਕਰਕੇ ਉਹ ਕਈ ਹਸਪਤਾਲਾਂ ਕੋਲ ਗਿਆ ਪਰ ਸਭ ਨੇ ਉਹਨੂੰ ਓਪਰੇਸ਼ਨ ਕਰਨ ਤੋਂ ਮਨਾ ਕਰਤਾ ਕਿਉਂਕਿ ਖੂਨ ਦੇ ਰਿਸਾਵ ਦੇ ਚਾਂਸ ਹੋਣ ਕਰਕੇ ਕਿਡਨੀ ਨੂੰ ਡੈਮੇਜ ਹੋਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਫਿਰ ਉਹ ਸਾਡੇ ਕੋਲ ਆਇਆ, ਅਸੀਂ ਉਹਨੂੰ ਵਰਕਅਪ ਕੀਤਾ। ਥੋੜ੍ਹਾ ਉਹ ਫਾਈਨੈਂਸ਼ੀਅਲੀ ਵੀ ਕਮਜ਼ੋਰ ਹੈਗੇ ਸੀ, ਇਸ ਕਰਕੇ ਅਮਨ ਦੀ ਆਸ਼ਾ ਯੋਜਨਾ ਦੇ ਵਿੱਚ ਉਹਨੂੰ ਐਨਰੋਲ ਕਰਕੇ ਅਸੀਂ ਉਹਨਾਂ ਦੀ ਐਡਵਾਂਸ ਟੈਕਨੀਕ ਨਾਲ ਸਰਜਰੀ ਕੀਤੀ। 3rd ਡੇ ਹੀ ਪੇਸ਼ੈਂਟ ਨੂੰ ਬਿਨਾਂ ਕੋਈ ਚੀਰਾ ਲਾਏ, ਬਿਨਾਂ ਕੋਈ ਖੂਨ ਚੜਾਏ ਉਹਨੂੰ ਡਿਸਚਾਰਜ ਕਰ ਦਿੱਤਾ ਗਿਆ ਅਤੇ ਪੇਸ਼ੈਂਟ ਹੁਣ ਬਹੁਤ ਅੱਛਾ ਕਰ ਰਿਹਾ ਹੈ। ਇਸ ਕਰਕੇ ਜੇ ਕਿਸੇ ਵੀ ਤੁਹਾਡੇ ਜਾਣਕਾਰ ਨੂੰ ਜਾਂ ਤੁਹਾਨੂੰ ਕਿਡਨੀ ਸਟੋਨਸ ਦੀ ਪ੍ਰੋਬਲਮ ਹੈ ਤਾਂ ਪਲੀਜ਼ ਆਪਣੇ ਯੂਰੋਲੋਜਿਸਟ ਕੋਲ ਜਾਓ, ਉਹਨਾਂ ਨਾਲ ਸਲਾਹ ਕਰੋ ਅਤੇ ਕਿਸ ਟੈਕਨੀਕ ਨਾਲ ਕੋਈ ਓਪਰੇਸ਼ਨ ਕਰਨਾ ਚਾਹੁੰਦੇ ਹੋ, ਤੁਹਾਡੇ ਵਾਸਤੇ ਕਿਹੜੀ ਟੈਕਨੀਕ ਸੇਫ ਹੈ ਉਹ ਡਿਸਕਸ ਕਰਕੇ ਅਤੇ ਆਪਣੇ ਕਿਡਨੀ ਸਟੋਨਸ ਤੋਂ ਮੁਕਤ ਹੋਵੋ। ਥੈਂਕ ਯੂ। ਹੈਲੋ, ਮੇਰਾ ਨਾਮ ਲਵਪ੍ਰੀਤ ਸਿੰਘ, ਮੈਂ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦਾ ਰਹਿਣ ਵਾਲਾ ਹਾਂ। ਮੈਨੂੰ ਪਿਛਲੇ 2 ਸਾਲ ਤੋਂ ਕਿਡਨੀ ਸਟੋਨ ਦੀ ਪ੍ਰੋਬਲਮ ਸੀਗੀ। ਮੇਰੇ ਕਿਡਨੀ ਦੇ ਵਿੱਚ 12 mm ਦੀ ਸਟੋਨ ਸੀਗੀ। ਮੈਂ ਸਿੰਗਲ ਕਿਡਨੀ ਪੇਸ਼ੈਂਟ ਸੀ, ਮੇਰੇ ਜਨਮ ਤੋਂ ਹੀ ਸਿੰਗਲ ਕਿਡਨੀ ਸੀਗੀ। ਤਾਂ ਮੈਂ ਇਸ ਪਿਛਲੇ 2 ਸਾਲ ਤੋਂ ਬਹੁਤ ਸਾਰੇ ਹੋਸਪਿਟਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗਿਆ, ਬਟ ਕਿਤੇ ਵੀ ਹੋਸਪਿਟਲ ਦੇ ਵਿੱਚ ਮੇਰਾ ਟ੍ਰੀਟਮੈਂਟ ਨਾ ਹੋ ਸਕਿਆ। ਉਹਦਾ ਕਾਰਨ ਇਹ ਸੀ ਕਿ ਮੇਰੇ ਪਲੈਟਲੈਟ ਬਹੁਤ ਘੱਟ ਰਹਿੰਦੇ ਸੀਗੇ, 35,000 ਹੀ ਰਹਿੰਦੇ ਸੀ, ਜਿਹਦੇ ਕਰਕੇ ਮੇਰੀ ਕੋਈ ਵੀ ਸਰਜਰੀ PCNL ਜਾਂ ਕੋਈ ਵੀ ਓਪਨ ਸਰਜਰੀ ਨਹੀਂ ਹੋ ਪਾ ਰਹੀ ਸੀਗੀ। ਤਾਂ ਪਿਛਲੇ 2 ਸਾਲ ਤੋਂ ਬਹੁਤ ਪਰੇਸ਼ਾਨ ਸੀਗੇ, ਵਿੱਚੋਂ ਕੁਛ ਟਾਈਮ ਪਹਿਲਾਂ ਮੇਰੀ ਐਮਰਜੈਂਸੀ ਵੀ ਹੋ ਗਈ ਸੀਗੀ ਜਿਹਦੇ ਵਿੱਚ ਮੈਨੂੰ ਕਿਡਨੀ ਜਾਂ ਸਟੰਟਿੰਗ ਹੋਈ ਆ। ਉਸ ਤੋਂ ਬਾਅਦ ਮੈਨੂੰ ਅਮਨ ਦੀ ਮੈਡੀਸਿਟੀ ਬਾਰੇ ਪਤਾ ਚੱਲਿਆ, ਮੈਂ ਇੱਥੇ ਆਇਆ। ਇੱਥੇ ਮੈਂ ਡਾਕਟਰ ਦਕਸ਼ ਮਹਾਜਨ ਜੀ ਦੇ ਕੋਲ ਆਇਆ ਜੋ ਕਿ ਯੂਰੋਲੋਜੀ ਦੇ ਬਹੁਤ ਹੀ ਵਧੀਆ ਡਾਕਟਰ ਆ। ਉਹਨਾਂ ਨੇ ਮੇਰੀ ਸਰਜਰੀ ਕੀਤੀ RIRS, ਜੋ ਕਿ ਬਹੁਤ ਵਧੀਆ ਟ੍ਰੀਟਮੈਂਟ ਸੀਗਾ ਮੇਰੇ ਲਈ, ਜਿਹਦੇ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਮੇਰਾ ਟ੍ਰੀਟਮੈਂਟ ਹੋ ਗਿਆ। ਟ੍ਰੀਟਮੈਂਟ ਤੋਂ ਠੀਕ 2-3 ਘੰਟੇ ਬਾਅਦ ਹੀ ਮੈਂ ਬਿਲਕੁਲ ਰਿਲੈਕਸ ਫੀਲ ਕੀਤਾ, ਨੋਰਮਲ ਚੱਲਣ ਫਿਰਨ ਲੱਗ ਗਿਆ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਟ੍ਰੀਟਮੈਂਟ ਦੇ ਨਾਲ ਨਾਲ ਉਹਨਾਂ ਨੇ ਮੈਨੂੰ ਇਸ ਹੋਸਪਿਟਲ ਦੇ ਮੈਨੇਜਮੈਂਟ ਨੇ ਇੱਕ ਹੋਰ ਬੈਨੀਫਿਟ ਦਿੱਤਾ ਜਿਹਦੇ ਵਿੱਚ ਅਮਨ ਕੀ ਆਸ਼ਾ ਦੇ ਵਿੱਚ ਮੇਰਾ ਟ੍ਰੀਟਮੈਂਟ ਕੀਤਾ ਗਿਆ, ਜਿਹਦੇ ਵਿੱਚ ਮੇਰੀ ਫਾਈਨੈਂਸ਼ੀਅਲ ਤੌਰ 'ਤੇ ਹੈਲਪ ਹੋਈ। ਇੱਥੋਂ ਦਾ ਜਿਹੜਾ ਸਟਾਫ ਆ ਹੋਸਪਿਟਲ ਅਮਨ ਦੀ ਮੈਡੀਸਿਟੀ ਦਾ, ਵੈਲ ਬਹੁਤ ਹੀ ਵਧੀਆ ਹੈ, ਬਹੁਤ ਵਧੀਆ ਤਰੀਕੇ ਨਾਲ ਦੇਖਭਾਲ ਕਰਦੇ ਆ ਮਰੀਜ਼ ਦੀ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦਿੰਦੇ। ਥੈਂਕ ਯੂ।